ਹਰਪ੍ਰੀਤ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਸਾਰੇ ਠੀਕ ਠਾਕ ਹੋਗੇ? ਜੇ ਤੁਸੀਂ ਮੇਰੇ ਚੈਨਲ 'ਤੇ ਆ ਗਏ ਜੇ ਚੈਨਲ ਕਰ ਦਿਓ ਸਬਸਕ੍ਰਾਈਬ, ਵੀਡੀਓ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ। ਮੇਰੇ ਨਾਲ ਆ ਸ਼ਮਸ਼ੇਰ ਸਿੰਘ ਜੀ, ਤੇ ਕੱਲ ਵੀ ਅਸੀਂ ਇੱਕ ਵੀਡੀਓ ਬਣਾਈ ਸੀ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ। ਆਪਾਂ ਦੋ ਬਣਾਈਆਂ, ਹਾਂ ਦੋ ਬਣਾਈਆਂ ਸੀ ਤੇ ਬਹੁਤ ਜ਼ਿਆਦਾ ਮਤਲਬ ਪਿਆਰ ਮਿਲਿਆ, ਤੇ ਫਿਰ ਅਸੀਂ ਅੱਜ ਦੋਵੇਂ ਇਕੱਠੇ ਵੀਰ। ਮੌਲਾ ਜੱਟ ਤੇ ਕੁਝ ਜ਼ਿਆਦਾ ਹੀ ਪਿਆਰ ਦਿੱਤਾ। ਨਹੀਂ ਮੌਲਾ ਜੱਟ ਨਹੀਂ, ਮੋਟੀਵੇਸ਼ਨਲ ਗਾਉਂਦਾ ਥੋੜਾ ਜਿਹਾ। ਤੇ ਕਰਦੇ ਹਾਂ ਰਿਐਕਸ਼ਨ ਸਟਾਰਟ, ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਤੇ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਜ਼ਰੂਰ ਕਰ ਦਿਓ ਕਰਕੇ ਦਬੋ ਦਬੋ ਦਬੋ। ਹਾਂ ਦਬਾ ਦਬਾ, ਗੁੱਡ। ਚਲੋ ਫਿਰ ਚੱਲਦੇ ਹਾਂ ਵੀਡੀਓ ਲਈ, ਬਾਕੀ ਗੱਲਾਂ ਆਪਾਂ ਕਰਾਂਗੇ ਬਾਅਦ। ਚਲ ਚੱਲਦੇ ਵੀਡੀਓ ਬੱਲੇ। ਮੂਡ ਮਨੀ ਬਾਈ ਦਾ ਗਾਣਾ ਹੀ ਪੁਰਾਣਾ ਥੋੜਾ, ਦੋ ਹਫ਼ਤੇ ਹੋ ਗਏ। ਤੁਸੀਂ ਵੇਖਿਆ ਨੇ ਆ ਸਾਊਂਡ ਵੇਖੀ? ਹਾਂ ਉਹੀ ਜੀ ਮੈਂ ਗੱਲ ਕਰ ਰਿਹਾ, ਕਲਰ ਇੰਨੇ ਕ ਸਾਊਂਡ ਲਵਾ ਦਈਏ ਨਾ ਘਰੇ। ਮਤਲਬ ਇੱਕ ਜੋ ਫੀਲ ਹੈ ਨਾ ਸੌਂਗ ਦੀ, ਭੰਗੜਾ ਪਾਉਣ ਦੀ ਜੀ ਕਰਦਾ, ਮਗਰ ਉਹ ਪਾ ਨਹੀਂ ਸਕਦੀ। ਸੈਟਅਪ ਬਣਾਇਆ ਨਾ ਪੈਲੀਆਂ ਦੇ ਵਿੱਚ, ਖੇਤ ਦੇ ਵਿੱਚ, ਮਤਲਬ ਆਪਣਾ ਉਹ ਸਾਊਂਡ ਵਗੈਰਾ ਰੱਖੇ ਨਾ ਯਾਰ, ਸਾਊਂਡ ਨੂੰ ਜਿਹੜਾ ਉਹਨਾਂ ਨੇ ਕਵਰ ਕੀਤਾ ਨਾ, ਰੰਗ ਕਲਰ ਅੱਡ ਅੱਡ ਦਿੱਤੇ, ਉਹ ਮੈਨੂੰ ਬੜੀ ਚੀਜ਼ ਉਹੀ ਨਾ, ਇੱਕ ਕਲਰਫੁੱਲ ਵੀਡੀਓ ਜਿਹੀ ਹੋ ਜਾਂਦੀ ਹੈ, ਵਧੀਆ ਲੱਗਦਾ ਵੇਖਣ 'ਚ। ਬਹੁਤ ਘੈਂਟ, ਬਹੁਤ ਘੈਂਟ। ਬਾਕੀ ਸੌਂਗ ਦੇ ਲਿਰਿਕਸ ਵੀ ਬਹੁਤ ਘੈਂਟ ਲਿਖੇ ਬਾਈ ਨੇ, ਲੌਂਗੀਆ ਬਾਈ ਦੇ ਮਾਡਲਸ ਤਾਂ ਬੜੇ ਘੈਂਟ। ਹਾਂ ਇੱਕ ਹੋਰ ਬਾਈ ਲੌਂਗੀਆ, ਗੋਪੀ ਲੌਂਗੀਆ ਵਾ, ਇੱਕ ਇਹ ਲੌਂਗੀਆ ਵਾ, ਫਰਕ ਆ ਲੌਂਗੀਆ 'ਚ, ਮਗਰ ਜਿਹੜੇ ਇਹ ਲੌਂਗੀਆ ਬਾਈ ਦੇ ਦੱਸ ਦਵੀ ਵੀਰੇ, ਪਤਾ ਲੱਗੇ ਚੰਗਾ ਲੱਗੇ, ਮੈਂ ਹੋਰ ਕੋਈ ਸਰਚ ਮਾਰਦਾ ਫਿਰ ਦੱਸ ਦੇ ਜਾਂਦਾ। ਬਹੁਤ ਘੈਂਟ ਆ ਯਾਰ। ਦੇਖੋ ਜਿਹੜਾ ਵੀ ਜੱਟ ਬੂਟ ਘਰੋਂ ਨਿਕਲਦਾ ਨਾ, ਉਹ ਲਿਸ਼ਕ ਪੁਸ਼ਕ ਕੇ ਨਿਕਲਦਾ ਪੂਰਾ, ਸਰੋਂ ਦਾ ਤੇਲ ਵੱਧ ਹੀ ਲਾ ਕੇ ਨਿਕਲੂ ਦਾੜੀ ਜੈ। ਕਹੀ ਗੱਲ ਸੁਣਦੀ ਨੀ ਬੱਲੋ ਜੀ ਨੂੰ, ਫੇਰ ਜੱਟ ਖੋਲਦੇ ਕੰਨਾਂ ਦੇ ਪਰਦੇ, ਹੁੰਦਾ ਥੋੜਾ ਜਿਹਾ ਟੇਡਾ ਬੱਲੋ ਕੋਈ ਖਰਾਬ ਦਾ ਦੁਨੀਆ ਚ ਪੰਜਾਬ ਨੂੰ ਸਲੂਟ ਆ ਬਾਈ, ਆਪਣੇ ਲਖੀਮਪੁਰ ਧਰਨਾ ਲੱਗਾ, ਸਾਡੇ ਲਖੀਮਪੁਰ, ਸਾਡੇ ਲਖੀਮਪੁਰ ਦੇ ਲੋਕ ਘੱਟ ਆਏ ਮਗਰ ਪੰਜਾਬ ਦਿਆਂ ਨੇ ਬਹੁਤ ਸਪੋਰਟ ਕੀਤੀ ਸਾਨੂੰ। ਮੈਨੂੰ ਕਹਿਣਾ ਕਿ ਲਖੀਮਪੁਰ ਲਾ ਕੇ ਰੱਖਤਾ ਇੱਕ ਵਾਰੀ, ਮਤਲਬ ਸਾਡੇ ਵਸਾ ਕੇ ਚੱਲ ਗਿਆ ਸਾਡੀ ਮੰਡੀ ਚ ਪੰਜਾਬ। ਮੈਨੂੰ ਇੰਨਾ ਚਾਹ ਹੀ, ਮੈਂ ਅੱਧੀ ਰਾਤ ਤੱਕ ਵੀ ਮਤਲਬ ਉੱਥੇ ਰੁਕ ਗਿਆ, ਬਹੁਤ ਜ਼ਿਆਦਾ ਦਿਲ ਲਾਇਆ, ਪੰਜਾਬ ਦੇ ਲੋਕ ਬਹੁਤ ਚੰਗੇ ਆ। ਭੱਲੀਏ ਦੀ ਪੂਰੀ ਤਾਂ ਚੱਕ ਕੇ ਜੇ ਆਉਣਾ ਜਾਉ ਖੂਣੀਆਂ ਦੇ ਭਾਰ ਸਾਲੇ ਰੇਡ ਕੇ ਨਹੀਂ, ਅੱਜ ਪੂਰਾ ਮੂਡ ਵਿੱਚ ਨਹੀਂ ਜੱਟ ਮੁੜੂ ਦੇਖੀ ਪੰਜ ਸੱਤ ਦੇੜ ਕੇ ਨਹੀਂ, ਅੱਜ ਪੂਰਾ ਮੂਡ ਵਿੱਚ ਨਹੀਂ ਜੱਟ ਮੁੜੂ ਦੇਖੀ ਪੰਜ ਸੱਤ ਦੇੜ ਕੇ।
ਆ ਜਿਹੜਾ ਮਿਊਜ਼ਿਕ ਆਇਆ ਨਾ ਢੋਲਕੀ ਵਾਲਾ, ਤੇ ਇਹ ਬਾਈ ਦੇ ਹਰ ਇੱਕ ਗਾਣੇ ਜੇ ਤੇ ਹੁੰਦਾ ਹਾਂਜੀ। ਇਹ ਸੀਗਾ ਜੀ ਸੌਂਗ ਮਨੀ ਲੌਂਗੀ ਬਾਈ ਦਾ, ਜੋ ਮੈਨੂੰ ਲਿਟਰਲੀ ਬਹੁਤ ਜ਼ਿਆਦਾ ਘੈਂਟ ਸੌਂਗ ਲੱਗਾ। ਹਾਂ ਸੌਂਗ ਚ ਨਾ ਇੱਕ ਚਾਰ ਫੈਂਟਰ ਮੈਨੂੰ ਤੈਨੂੰ ਫੈਂਟ ਬਹੁਤ ਘੈਂਟ ਸੌਂਗ ਸੀ ਯਾਰ, ਮਤਲਬ ਇੱਕ ਜੋ ਇੱਕ ਸੁਣਨ ਚ ਮਜ਼ਾ ਜਿਹਾ ਆਉਂਦਾ ਨਾ। ਬਾਕੀ ਤੁਸੀਂ ਇੱਕ ਚੀਜ਼ ਜ਼ਰੂਰ ਦੱਸਿਓ ਕਿ ਹੁਣ ਰਿਐਕਸ਼ਨ ਤੁਹਾਨੂੰ ਕਿੱਦਾਂ ਦੇ ਲੱਗ ਰਿਹਾ ਆ ਬਾਈ ਦੇ ਨਾਲ, ਕਿਉਂਕਿ ਪਹਿਲਾਂ ਮੈਂ ਕੱਲਾ ਰਿਐਕਸ਼ਨ ਕਰਦਾ ਸੀ ਤੇ ਇੰਨਾ ਖੁੱਲ ਕੇ ਨਹੀਂ ਆ ਪੈਂਦਾ ਰਿਐਕਸ਼ਨ, ਜੋ ਦੋਵਾਂ ਦੇ ਵਿੱਚ ਗੱਲ ਬਣਦੀ। ਚਾਬੀ ਫੜੀ ਮਿਲਦੇ ਆਪਾਂ ਨੈਕਸਟ ਰਿਐਕਸ਼ਨ ਵੀਡੀਓ ਦੇ ਨਾਲ, ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ।